ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ ਮਾਲਕ ਕਰਦੇ, ਐਵੇਂ ਤੇ ਨਹੀਂ ਅੱਖਾਂ ਵਿੱਚੋਂ ਅੱਥਰੂ ਹਿਜਰਤ ਕਰਦੇ। ਵੇਲਿਆ ਵੇਲਿਆ ਜੇ ਤੂੰ ਜਾਦੂਗਰ ਵੇਲਿਆ ਜੇ ਤੂੰ ਜਾਦੂਗਰ ਹੈ ਤੇ ਕੋਈ ਮੰਤਰ ਪੜ੍ਹਦੇ, ਉਸਨੂੰ ਮੋਮ ਬਣਾ ਦੇ ਜਾਂ ਫਿਰ ਮੈਨੂੰ ਪੱਥਰ ਕਰ ਦੇ ਜਾਂ ਫਿਰ ਮੈਨੂੰ ਪੱਥਰ ਕਰ ਦੇ 75 ਸਾਲਾਂ ਤੋਂ ਪੱਥਰ ਹੋਏ ਦਿਲਾਂ ਨੂੰ ਸਕੂਨ ਦੇਣ ਲਈ ਅੱਜ ਅਸੀਂ ਪਹੁੰਚ ਰਹੇ ਹਾਂ ਪਿੰਡ ਚੱਕਵਾਲ, ਜਿੱਥੋਂ ਦੇ ਲੋਕਾਂ ਦੀ ਪ੍ਰੇਮ ਹਮਦਰਦੀ ਅਤੇ ਸਨੇਹ ਭਰੇ ਵਿਹਾਰ ਕਰਕੇ ਉਹਨਾਂ ਨੇ ਆਪਣੇ ਪਿੰਡ ਚੱਕਵਾਲ ਦੀ 1947 ਦੀ ਜੋ ਪਹਿਲੀ ਵਿਰਾਸਤ ਸੀ ਉਸਨੂੰ ਸਾਂਭ ਕੇ ਰੱਖਿਆ ਹੋਇਆ ਹੈ। ਆਓ ਦੇਖਦੇ ਹਾਂ ਉਹ ਵਿਰਾਸਤ। ਪਿੰਡ ਚੱਕਵਾਲ ਦੇ ਦੱਖਣ ਸਾਈਡ 'ਤੇ ਸਥਿਤ ਹੈ ਇਹ 1947 ਦੀ ਵੰਡ ਤੋਂ ਪਹਿਲਾਂ ਦੀ ਮਸਜਿਦ, ਜੋ ਕਿ ਕਾਫੀ ਵਧੀਆ ਹਾਲਤ ਵਿੱਚ ਹੈ ਕਿਉਂਕਿ 75-76 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ ਇਸ ਪਿੰਡ ਵਾਲੇ ਲੋਕ ਅਤੇ ਇਸ ਦੇ ਮੌਜੂਦਾ ਮਾਲਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਉਹ ਪੁਰਾਤਨ ਇਤਿਹਾਸਿਕ ਇਸ ਪਿੰਡ ਦੀ ਵਿਰਾਸਤ ਨੂੰ ਅਜੇ ਤੱਕ ਸਾਂਭ ਕੇ ਰੱਖਿਆ ਹੋਇਆ ਹੈ। ਇਹ ਹੈ ਇਸ ਮਸਜਿਦ ਦਾ ਪਿਛਲਾ ਹਿੱਸਾ, ਜੋ ਸਮੇਂ ਦੇ ਹਾਲਾਤਾਂ ਨਾਲ ਕਾਫੀ ਢਹਿ ਵੀ ਗਿਆ ਹੈ ਪਰ ਫਿਰ ਵੀ ਕਾਫੀ ਵਧੀਆ ਹਾਲਤ ਵਿੱਚ ਹੈ। ਉੱਨੀ ਦੀ ਵੰਡ ਤੋਂ ਪਹਿਲਾਂ ਕਦੇ ਮੁਸਲਮਾਨ ਭਾਈਚਾਰਾ ਆਪਣੀ ਨਮਾਜ਼ ਇਸ ਸਥਾਨ 'ਤੇ ਇਕੱਤਰ ਹੋ ਕੇ ਕਰਿਆ ਕਰਦੇ ਹੋਣਗੇ। ਵੰਡ ਦਾ ਦੁਖਾਂਤ, ਚਾਹੇ ਲਹਿੰਦੇ ਪੰਜਾਬ ਦੀ ਗੱਲ ਕਰੀਏ ਚਾਹੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਸਾਡੇ ਹਿੰਦੂ ਸਿੱਖ ਮੁਸਲਮਾਨ ਧਰਮਾਂ ਨਾਲ ਸੰਬੰਧਿਤ ਸਾਰੇ ਅਕੀਦੇ ਇਵੇਂ ਹੀ ਅਣਗੌਲੇ ਹੋ ਚੁੱਕੇ ਹਨ। ਇਹ ਹੈ ਇਸ ਮਸਜਿਦ ਦਾ ਵਿਹੜਾ ਅਤੇ ਸੱਜੇ ਹੱਥ ਵਾਲਾ ਗੁੰਬਦ ਮੌਜੂਦ ਹੈ ਪਰ ਖੱਬੇ ਹੱਥ ਵਾਲਾ ਗੁੰਬਦ ਸਮੇਂ ਦੇ ਮਾਰ ਨਾਲ ਚੱਲਦਾ ਹੋਇਆ ਜ਼ਮੀਨ 'ਤੇ ਆ ਪਿਆ ਹੈ। ਇਸ ਮਸਜਿਦ ਦਾ ਅੰਦਰੂਨੀ ਹਿੱਸਾ ਅੱਜ ਵੀ ਯਾਦ ਕਰਾਉਂਦਾ ਹੈ 1947 ਦੀ ਵੰਡ ਤੋਂ ਪਹਿਲਾਂ ਦੇ ਹਾਲਾਤਾਂ ਨੂੰ।
ਜਦੋਂ ਮਜ਼ਹਬ ਅਤੇ ਧਰਮ ਦੇ ਨਾਂ 'ਤੇ ਇਹ ਦੇਸ਼ ਅਲੱਗ ਅਲੱਗ ਹਿੱਸਿਆਂ ਵਿੱਚ ਵੰਡਿਆ ਨਹੀਂ ਗਿਆ ਸੀ। ਮਿਲਦੇ ਹਾਂ ਕਿਸੇ ਹੋਰ ਹਿਜਰਤ ਭਰੀ ਕਹਾਣੀ ਦੇ ਨਾਲ ਜਾਂ ਕਿਸੇ ਪੁਰਾਤਨ ਇਤਿਹਾਸਿਕ ਸਥਾਨ ਇਮਾਰਤ ਦੇ ਨਾਲ। ਤਦ ਤੱਕ ਅਲਵਿਦਾ। ਅਤੇ ਇਸ ਪਿੰਡ ਤੋਂ ਚਲਦੇ ਹੋਏ ਪਿੰਡ ਚੱਕਵਾਲ ਨਾਲ ਹੀ ਸੰਬੰਧਿਤ ਹੈ ਦਰਬਾਰ ਪੀਰ ਜ਼ਰਬ ਅਲੀ। ਆਓ ਦੇਖਦੇ ਹਾਂ ਉਸ ਦਰਬਾਰ ਦਾ ਵੀ ਇੱਕ ਛੋਟਾ ਜਿਹਾ ਦ੍ਰਿਸ਼।